ਸਵੈਗ ਦੇਸੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਹਰੀਆਂ ਮਿਰਚਾਂ ਦੀ ਸਬਜ਼ੀ ਬਣਾਵਾਂਗੇ ਤੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦਬਾਓ। ਆਓ ਦੇਖੀਏ ਆਪਾਂ ਨੂੰ ਸਬਜ਼ੀ ਬਣਾਉਣ ਦੇ ਲਈ ਕਿਹੜੇ ਕਿਹੜੇ ਸਮਾਨ ਦੀ ਲੋੜ ਹੋਏ। ਅੱਜ ਕੱਲ੍ਹ ਮਾਰਕੀਟ ਵਿੱਚ ਇਹੋ ਜਿਹੀਆਂ ਮੋਟੀਆਂ ਹਰੀਆਂ ਮਿਰਚਾਂ ਆ ਰਹੀਆਂ ਨੇ ਤੇ ਅੱਜ ਅਸੀਂ ਇਹਨਾਂ ਦਾ ਅਚਾਰ ਨਹੀਂ ਬਲਕਿ ਇਹਨਾਂ ਦੀ ਸਬਜ਼ੀ ਬਣਾਵਾਂਗੇ। ਤੇ ਸਬਜ਼ੀ ਬਣਾਉਣ ਦੇ ਲਈ ਅਸੀਂ ਬਾਕੀ ਮਿਰਚਾਂ ਇਸ ਤਰ੍ਹਾਂ ਲੰਬੀਆਂ ਇੱਕ ਇੱਕ ਮਿਰਚ ਦੇ 4 ਪੀਸ ਕਰ ਲਏ ਨੇ ਤੇ ਇਸ ਦੇ ਵੀ ਕਰ ਲਾਂਗੇ। ਤਾਂ ਇਸ ਦੇ ਲਈ ਹੋਰ ਸਾਨੂੰ ਜਿਹੜੇ ਮਸਾਲਿਆਂ ਦੀ ਜ਼ਰੂਰਤ ਹੈ ਉਹ ਹੈ ਜੀ ਮੇਥੀ ਪਾਊਡਰ, ਸੌਂਫ ਪਾਊਡਰ, ਕਲੌਂਜੀ, ਧਨੀਆ ਪਾਊਡਰ, ਗਰਮ ਮਸਾਲਾ, ਜਿੰਜਰ ਪਾਊਡਰ, ਯੈਲੋ ਸਰਸੋਂ, ਰਾਈ, ਜੀਰਾ ਅਤੇ ਇੱਕ ਨਿੰਬੂ ਦੇ ਅਸੀਂ 2 ਪੀਸ ਕਰ ਲਏ ਨੇ ਅਤੇ ਇਹ ਆਪਣਾ ਜੀ ਆਪਣਾ ਅੰਬ ਦਾ ਅਚਾਰ ਅਸੀਂ ਰੱਖਿਆ। ਇਸ ਦਾ ਤੇਲ ਜਿਹੜਾ ਉਹ ਅਸੀਂ ਯੂਜ ਕਰਾਂਗੇ। ਇਸ ਤੋਂ ਇਲਾਵਾ ਆਪਣਾ ਇਹ ਜੀ ਲਾਲ ਮਿਰਚ, ਹਲਦੀ, ਨਮਕ ਵਗੈਰਾ ਇਹਨਾਂ ਚੀਜ਼ਾਂ ਅਤੇ ਮਿਰਚਾਂ ਫਰਾਈ ਕਰਨ ਦੇ ਲਈ ਅਸੀਂ ਪੈਨ ਦੇ ਵਿੱਚ ਸਰਸੋਂ ਦਾ ਤੇਲ ਪਾ ਕੇ ਗਰਮ ਕਰ ਲਿਆ ਅਤੇ ਹੁਣ ਅਸੀਂ ਇਹਨਾਂ ਮਿਰਚਾਂ ਨੂੰ ਫਰਾਈ ਕਰਾਂਗੇ। ਤੇਲ ਗਰਮ ਹੋ ਗਿਆ ਅਤੇ ਇਸ ਵਿੱਚ ਅਸੀਂ ਮਿਰਚਾਂ ਪਾ ਦਾਂਗੇ। ਮਿਰਚਾਂ ਨੂੰ ਅਸੀਂ ਤੇਜ਼ ਫਲੇਮ ਦੇ ਉੱਤੇ ਹੀ ਫਰਾਈ ਕਰ ਲਾਂਗੇ। ਮਿਰਚਾਂ ਸਾਡੀਆਂ ਫਰਾਈ ਹੋ ਗਈਆਂ ਅਤੇ ਇਹਨਾਂ ਨੂੰ ਅਸੀਂ ਬਰਤਨ 'ਚ ਕੱਢ ਲਾਂਗੇ। ਯੈਲੋ ਸਰਸੋਂ ਅਤੇ ਰਾਈ ਅਤੇ ਜੀਰਾ ਕਲੌਂਜੀ ਮੇਥੀ ਪਾਊਡਰ, ਕਿਉਂਕਿ ਮੇਥੀ ਅਤੇ ਸੌਂਫ ਜਿਹੜੀ ਹੈ ਉਹ ਤਕਰੀਬਨ ਖਾਣੇ ਵਿੱਚ ਯੂਜ ਹੁੰਦੀ ਹੈ ਇਸ ਲਈ ਅਸੀਂ ਪਹਿਲਾਂ ਹੀ ਇਹਨਾਂ ਨੂੰ ਰੋਸਟ ਕਰਕੇ ਅਤੇ ਇਹਨਾਂ ਨੂੰ ਗ੍ਰਾਇੰਡ ਕੀਤਾ ਹੈ ਅਤੇ ਤੁਸੀਂ ਵੀ ਇਸ ਤਰ੍ਹਾਂ ਕਰਕੇ ਰੱਖੋ ਅਤੇ ਫਿਰ ਸਬਜ਼ੀ ਵਿੱਚ ਪਾਉਣ ਲੱਗੇ ਹਾਂ ਜਾਂ ਕਿਸੇ ਅਚਾਰ ਬਣਾਉਣ ਲੱਗੇ ਹਾਂ ਆਪਾਂ ਜਲਦੀ ਜਲਦੀ ਬਣਾ ਲੈਂਦੇ ਹਾਂ। ਧਨੀਆ ਪਾਊਡਰ, ਗਰਮ ਮਸਾਲਾ, ਜਿੰਜਰ ਪਾਊਡਰ, ਹਲਦੀ, ਕਿਉਂਕਿ ਇਹ ਜਿਹੜੀਆਂ ਮਿਰਚਾਂ ਨੇ ਕੌੜੀਆਂ ਨਹੀਂ ਹੁੰਦੀਆਂ ਇਸ ਕਰਕੇ ਇਸ ਵਿੱਚ ਅਸੀਂ ਲਾਲ ਮਿਰਚ ਪਾਵਾਂਗੇ।
ਤੇ ਲਾਲ ਮਿਰਚ ਆਪਣੇ ਟੇਸਟ ਦੇ ਮੁਤਾਬਕ ਹੀ, ਤੇ ਨਮਕ। ਮਸਾਲਾ ਭੁੱਜ ਗਿਆ, ਇਹਦੇ ਵਿੱਚ ਹੁਣ ਅਸੀਂ ਫਰਾਈ ਕੀਤੀਆਂ ਮਿਰਚਾਂ ਪਾ ਦਾਂਗੇ। ਮਸਾਲਿਆਂ ਦੀ ਖੁਸ਼ਬੂ ਬਹੁਤ ਅੱਛੀ ਆ ਰਹੀ ਹੈ। ਇਹਦੇ ਵਿੱਚ ਅਸੀਂ ਜਿਹੜਾ ਅੰਬ ਦਾ ਅਚਾਰ ਹੈ ਉਹਦੇ ਵਿੱਚੋਂ ਥੋੜ੍ਹਾ ਜਿਹਾ ਤੇਲ ਪਾ ਦਾਂਗੇ, ਜਿਹਦੇ ਨਾਲ ਇਹਦਾ ਟੇਸਟ ਹੋਰ ਵੱਧ ਜਾਏਗਾ। ਸਿਮ ਗੈਸ ਦੇ ਉੱਤੇ ਹੀ ਥੋੜ੍ਹਾ ਜਿਹਾ ਇਹਨਾਂ ਨੂੰ ਪਕਾਵਾਂਗੇ ਤਾਂ ਕਿ ਮਸਾਲੇ ਜਿਹੜੇ ਨੇ ਉਹ ਮਿਰਚਾਂ ਦੇ ਵਿੱਚ ਰਚ ਜਾਣ। ਮਿਰਚਾਂ ਦੀ ਸਬਜ਼ੀ ਬਹੁਤ ਜਲਦੀ ਤਿਆਰ ਹੁੰਦੀ ਹੈ ਅਤੇ ਇਹ ਆਪਾਂ ਬ੍ਰੇਕਫਾਸਟ ਪਰੌਂਠੀਆਂ ਦੇ ਨਾਲ ਜਾਂ ਦਾਲ ਦੇ ਨਾਲ ਬਣਾ ਕੇ ਖਾ ਸਕਦੇ ਹਾਂ। ਮਿਰਚਾਂ ਸਾਡੀਆਂ ਤਿਆਰ ਹੋ ਗਈਆਂ ਨੇ ਅਤੇ ਇਹਨਾਂ 'ਤੇ ਅਸੀਂ ਹੁਣ ਜਿਹੜਾ ਨਿੰਬੂ ਦਾ ਰਸ ਨਿੰਬੂ ਰਸ ਪਾ ਤਾ। ਜੇ ਕਿਸੇ ਵਕਤ ਨਾ ਹੋਏ ਨਿੰਬੂ ਅਤੇ ਅਮਚੂਰ ਦਾ ਵੀ ਪ੍ਰਯੋਗ ਕੀਤਾ ਜਾ ਸਕਦਾ। ਕਿਸੇ ਵੇਲੇ ਕੋਈ ਮਸਾਲਾ ਘੱਟ ਵੱਧ ਹੋ ਤਾਂ ਚਲੋ ਚੱਲ ਜਾਂਦਾ। ਚਲੋ ਜੀ, ਸਾਡਾ ਸਬਜ਼ੀ ਜੀ ਤਿਆਰ ਹੋ ਗਈ। ਮਿਰਚਾਂ ਦੀ ਸਬਜ਼ੀ ਤਿਆਰ ਹੋ ਗਈ ਹੈ, ਬਹੁਤ ਟੇਸਟੀ ਔਰ ਦੇਖਣ 'ਚ ਵੀ ਬਹੁਤ ਅੱਛੀ ਲੱਗ ਰਹੀ ਹੈ ਅਤੇ ਤੁਸੀਂ ਵੀ ਜ਼ਰੂਰ ਬਣਾਓ ਅਤੇ ਖਾਓ। ਇਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਅਗਲੀ ਰੈਸਪੀ ਲੈ ਕੇ ਫਿਰ ਮਿਲਾਂਗੇ।